ਫਰੈਂਡਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੇਖ ਰਹੇ ਸਾਰੇ ਮੇਰੇ ਦਰਸ਼ਕਾਂ ਦਾ ਤੁਹਾਡੇ ਆਪਣੇ ਚੈਨਲ ਹੇਮਾ ਲਵੀ ਵਿੱਚ ਸਵਾਗਤ ਕਰਦੀ ਹਾਂ ਤੇ ਅੱਜ ਮੈਂ ਤੁਹਾਡੇ ਸਾਹਮਣੇ ਪੇਸ਼ ਹੋਈ ਹੈ ਲੈ ਕੇ ਲੌਂਗ ਲਾਚੀ 2 ਦਾ ਟਿਊਟੋਰੀਅਲ ਤੁਸੀਂ ਕਿਹਾ ਕਿ ਮੈਮ ਸਾਨੂੰ ਵੀ ਸਿਖਾਓ ਤੇ ਅੱਜ ਮੈਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆ ਚੁੱਕੀ ਹਾਂ ਤੇ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅਸੀਂ ਆਪਣੀ ਵੀਡੀਓ ਸ਼ੁਰੂ ਕਰਦੇ ਹਾਂ ਤੇ ਚਲੀਏ ਹੁਣ ਦੇਖਦੇ ਹਾਂ ਤੇ ਫਰੈਂਡਸ ਸਭ ਤੋਂ ਪਹਿਲੇ ਜਦ ਸਾਡੀ ਖਾਲੀ ਬੀਟ ਸ਼ੁਰੂ ਹੁੰਦੀ ਹੈ ਗਾਣਾ ਸ਼ੁਰੂ ਹੁੰਦਾ ਹੈ ਤੇ ਉਸਦੇ ਅਸੀਂ ਲੱਕ ਤੇ ਜੁਆਇੰਟ ਬਣਾਉਣਾ ਹੈ ਔਰ ਆਪਣੇ ਟੋ ਜਿਹੜੀ ਪੈਰ ਦੀ ਹੈ ਉਸਦੇ ਨਾਲ ਅਸੀਂ ਆਪਣੇ ਆਪ ਦੀ ਬੋਡੀ ਨੂੰ ਵੇਵ ਕਰਨਾ ਹੈ ਇਸ ਤਰ੍ਹਾਂ ਕਰਕੇ ਉਸ ਤੋਂ ਬਾਅਦ ਤੁਸੀਂ ਥੋੜਾ ਜਿਹਾ ਡਿਫਰੈਂਸ ਦੇਖੋਗੇ ਬੀਟ ਦੇ ਵਿੱਚ ਡਿਫਰੈਂਸ ਆਏਗਾ ਕਿਸ ਤਰ੍ਹਾਂ ਅਲੱਗ ਜਿਹਾ ਚਾਰ ਬੀਟਸ ਆਉਣਗੀਆਂ ਉਸਨੂੰ ਅਸੀਂ ਕਿਵੇਂ ਕਵਰ ਕਰਨਾ ਹੈ ਅਸੀਂ ਆਪਣੇ ਪੈਰ ਦੇ ਨਾਲ ਜ਼ੀਰੋ ਬਣਾਵਾਂਗੇ ਔਰ ਹੱਥ ਨੂੰ ਉਸਦੇ ਉੱਪਰ ਚਲਾਵਾਂਗੇ ਕਿਵੇਂ ਹੱਥ ਇਸ ਤਰ੍ਹਾਂ ਜਾਏਗਾ ਔਰ ਪੈਰ ਵੀ ਸਾਡਾ ਬਾਹਰ ਜਾਏਗਾ ਔਰ ਤੁਹਾਡੀ ਫਿਗਰ ਦੇ ਨਾਲ ਹੱਥ ਜਿਹੜਾ ਹੈ ਬਾਹਰ ਦੀ ਤਰਫ ਚਲਾ ਜਾਏਗਾ ਔਰ ਹੈਂਡ ਤੁਹਾਡਾ ਬੋਟ ਹੈਂਡ ਬਣ ਜਾਏਗਾ ਕਿਵੇਂ ਇਸ ਤਰ੍ਹਾਂ ਫਿਰ ਦੁਬਾਰਾ ਕਰਾਂਗੇ ਇਸ ਡਾਇਰੈਕਸ਼ਨ ਤੋਂ ਲੈਫਟ ਸਾਈਡ ਇਸ ਤਰ੍ਹਾਂ ਥਰਡ ਫੋਰਥ ਦੋਨੋਂ ਹੱਥਾਂ ਨਾਲ ਕਰਾਂਗੇ ਇਕੁਅਲੀ ਸਾਡੇ ਦੋਨੋਂ ਹੱਥ ਜਾਣਗੇ ਬਾਅਦ ਔਰ ਲੈਗ ਦੇ ਉੱਤੇ ਮੈਂ ਆਪਣੇ ਰਾਈਟ ਲੈਗ ਦੇ ਉੱਤੇ ਦੋਨੋਂ ਹੱਥ ਚਲਾ ਕੇ ਫਿਗਰ ਦੇ ਨਾਲ ਉੱਪਰ ਲੈ ਕੇ ਜਾ ਰਹੀ ਹਾਂ ਫਿਰ ਮੈਂ ਸੇਮ ਲੈਫਟ ਸਾਈਡ ਕਰਾਂਗੀ ਸੇਮ ਇਸ ਤਰ੍ਹਾਂ ਹੱਥ ਕਰਕੇ ਉੱਪਰ ਚਲੇ ਜਾਣਗੇ ਉਸ ਤੋਂ ਬਾਅਦ ਜਿਵੇਂ ਹੀ ਸਾਡੀ ਲਿਰਿਕਸ ਜਿਹੜੀ ਹੈ ਸ਼ੁਰੂ ਹੁੰਦੀ ਹੈ ਟੱਪ ਕੇ ਲਾਹੌਰ ਸ਼ਹਿਰ ਦੀਆਂ ਗਲੀਆਂ ਉਸ ਵਿੱਚ ਅਸੀਂ ਜੰਪ ਕਰਨਾ ਹੈ ਇਸ ਤਰ੍ਹਾਂ ਇਹ ਚੀਜ਼ ਅਗਰ ਕੋਈ ਮੇਰੀਆਂ ਭੈਣਾਂ ਜੰਪ ਨਹੀਂ ਕਰਨਾ ਚਾਹੁੰਦੀਆਂ ਤੇ ਨਾਰਮਲੀ ਇਸ ਤਰ੍ਹਾਂ ਕਰ ਸਕਦੇ ਹੋ ਪੈਰ ਪੁੱਟਣਾ ਹੈ ਜਿਵੇਂ ਕਹਿੰਦੇ ਨਾ ਇਸ ਤਰ੍ਹਾਂ ਕਰਕੇ ਜੰਪ ਦੱਸਣਾ ਅਸੀਂ ਫਿਰ ਉਸ ਤੋਂ ਬਾਅਦ ਲਾਹੌਰ ਸ਼ਹਿਰ ਦੀਆਂ ਗਲੀਆਂ ਟੱਪ ਕੇ ਲਾਹੌਰ ਸ਼ਹਿਰ ਦੀਆਂ ਗਲੀਆਂ ਤੋੜਨ ਚੱਲੀ ਸੀ ਮੈਂ ਕਲੀਆਂ ਕਲੀਆਂ ਦੇ ਵਿੱਚ ਅਸੀਂ ਕਲੀ ਬਣਾਵਾਂਗੇ ਰਾਈਟ ਸਾਈਡ ਔਰ ਜਿਹੜੀ ਸਾਡੀ ਰਾਈਟ ਲੈਗ ਹੋਏਗੀ ਉਸ 'ਤੇ ਸਾਡਾ ਬੋਡੀ ਵੇਟ ਹੋਏਗਾ ਔਰ ਜਿਹੜੀ ਲੈਫਟ ਹੈ ਉਹ ਸਿਰਫ ਟੋ 'ਤੇ ਹੈ ਥੰਮ ਸਾਡਾ ਲੱਗਿਆ ਹੋਇਆ ਨੀਚੇ ਜ਼ਮੀਨ ਨਾਲ ਅੱਡੀ ਸਾਡੀ ਉੱਚੀ ਹੈ ਇਸ ਤਰ੍ਹਾਂ ਕਲੀਆਂ ਉਸ ਤੋਂ ਬਾਅਦ ਖਾਲੀ ਇੱਕ ਬੀਟ ਆਉਂਦੀ ਹੈ ਵਿੱਚ ਟੰਗ ਤਿੰਨ ਵਾਰ ਆਉਂਦੀ ਹੈ 1 2 3 ਇਸ ਤਰ੍ਹਾਂ ਕਵਰ ਕਰਾਂਗੇ ਇਸਨੂੰ ਕਿਵੇਂ ਪਿੱਛੇ ਨੂੰ ਸਾਡਾ ਫੋਕਸ ਹੋਇਆ ਰਿਵਰਸ ਚੱਲਣਾ ਸੀ 1 2 3 ਔਰ ਸਾਡੀ ਆਰਮਸ ਵੀ ਕਰ ਸਕਦੇ ਹੋ ਇਸ ਤਰ੍ਹਾਂ ਵੀ ਕਰ ਸਕਦੇ ਹੋ ਸੂਟ ਫੜ ਕੇ ਵੀ 1 2 3 ਇਸ ਤਰ੍ਹਾਂ ਉੱਥੋਂ ਹੀ ਦੁਬਾਰਾ ਅਸੀਂ ਇਹ ਲਿਰਿਕਸ ਜਿਹੜੀ ਹੈ ਦੁਬਾਰਾ ਰਿਵਾਈਜ਼ ਹੁੰਦੀ ਹੈ ਕਿਸ ਤਰ੍ਹਾਂ ਟੱਪ ਕੇ ਲਾਹੌਰ ਸ਼ਹਿਰ ਦੀਆਂ ਗਲੀਆਂ ਤੋੜਨ ਚੱਲੀ ਸੀ ਮੈਂ ਕਲੀਆਂ ਇਸ ਤਰ੍ਹਾਂ ਕਰਨਾ ਹੈ ਕਲੀਆਂ ਦੇ ਵਿੱਚ ਜਿਹੜਾ ਮੇਰਾ ਪਹਿਲਾ ਸੀਗਾ ਲਿਰਿਕਸ ਉਸ ਵਿੱਚ ਕਲੀਆਂ ਇਸ ਤਰ੍ਹਾਂ ਦੱਸਿਆ ਸੀ ਇਸ ਵਿੱਚ ਸਿਰਫ ਤੋੜਨ ਚੱਲੀ ਸੀ ਮੈਂ ਕਲੀਆਂ ਇਸ ਤਰ੍ਹਾਂ ਅਸੀਂ ਡਾਇਰੈਕਸ਼ਨ ਲੈ ਲਾਂਗੇ ਲੈਫਟ ਸਾਈਡ ਮੈਂ ਚੱਲ ਰਹੀ ਹਾਂ ਤੋੜਨ ਚੱਲੀ ਸੀ ਮੈਂ ਕਲੀਆਂ ਉਸ ਤੋਂ ਬਾਅਦ ਤੈਨੂੰ ਤੱਕਿਆ ਤੇ ਮੈਂ ਖੋ ਗਈ ਕਿਵੇਂ ਦੋਨੋਂ ਹੱਥਾਂ ਨਾਲ ਇਸ ਤਰ੍ਹਾਂ ਕਰਾਂਗੇ ਰਾਈਟ ਜਿਹੜੀ ਲੈਗ ਹੈ ਬੁਰੀ ਜ਼ਮੀਨ ਦੇ ਨਾਲ ਹੈ ਦੂਸਰੀ ਜਿਹੜੀ ਹੈ ਉਹ ਟੋ 'ਤੇ ਹੈ ਔਰ ਅਸੀਂ ਦੇਖਾਂਗੇ ਦੋਨੋਂ ਹੱਥਾਂ ਨਾਲ ਇਸ ਤਰ੍ਹਾਂ ਤੈਨੂੰ ਤੱਕਿਆ ਤੇ ਮੈਂ ਖੋ ਗਈ ਖੋ ਗਈ ਦੇ ਵਿੱਚ ਫਿੰਗਰਸ ਜਿਵੇਂ ਕਹਿੰਦੇ ਨਾ ਖੋ ਗਈ ਹੈ ਨਾ ਤੇ ਇਸ ਤਰ੍ਹਾਂ ਫਿੰਗਰਸ ਨੂੰ ਇਸ ਤਰ੍ਹਾਂ ਦੱਸਾਂਗੇ ਔਰ ਰਾਈਟ ਲੈਗ ਹੈ ਪਿੱਛੇ ਚਲੀ ਜਾਏਗੀ ਔਰ ਇਸ ਵਿੱਚ ਕੋਈ ਮਤਲਬ ਲੈਗ ਦੀ ਕੋਈ ਮੂਵਮੈਂਟ ਡਿਪਿੰਗ ਕੁਛ ਨਹੀਂ ਹੋ ਰਿਹਾ ਜਸਟ ਤੈਨੂੰ ਤੱਕਿਆ ਤੇ ਮੈਂ ਖੋ ਗਈ ਖੁੱਲ ਜਾ ਸਿਮ ਸਿਮ ਹੋ ਗਈ ਖੁੱਲ ਜਾ ਸਿਮ ਸਿਮ ਹੋ ਗਈ ਕਿਵੇਂ ਕਰਾਂਗੇ ਖੁੱਲ ਜਾ ਸਿਮ ਸਿਮ ਹੋ ਗਈ ਇਸ ਵਿੱਚ ਤੁਹਾਡੀ ਆਰਮਸ ਜਿਹੜੀਆਂ ਹੈ ਇਸ ਤਰ੍ਹਾਂ ਹੋਣਗੀਆਂ ਲੈਗ ਕਿਵੇਂ ਜਾਏਗੀ ਖੁੱਲ ਜਾ ਖੁੱਲ ਜਾ ਖੁੱਲ ਜਾ ਸਿਮ ਸਿਮ ਹੋ ਗਈ ਹੱਥਾਂ ਨੂੰ ਕਿਵੇਂ ਕਰਨਾ ਹੈ ਸਿਮ ਸਿਮ ਹੋ ਗਈ ਫਿਰ ਉਸ ਤੋਂ ਬਾਅਦ ਕੋਈ ਜਾਦੂ ਜਾਂ ਟੋਣਾ ਇਸ ਤਰ੍ਹਾਂ ਇਸ ਵਿੱਚ ਸਿਰਫ
लेग्स ए वाली मूवमेंट जा रही है। तीन चीजा ने जादू टोना टोंक, ठीक है। ये जी लिरिक्स हैगी साड़ी, कोई जादू या टोना या टोंग मुंडे आ, टोंग मुंडे आ विच असी किवें करांगे अपनी लेफ्ट लेग आर्म है जिहड़ी उसनूं असी पिछे लै जांगे कमल ते, और जिहड़ा राइट हैंड है उसनूं थंब हैंड्स करके अपने सिर दे उत्तों घुमा के दैन फिगर दे नाल नीचे लैके आना इस तरह। टोंग मुंडे आ वेव बनानी है तुसी हल्की जी, जिस तरह ही हाथ नीचे आंदा है इस तरह वेव बनेगी। इस तरह ये जिहड़ा हैगा लिरिक्स नूं असी कवर करना है। दोबारा दस दिंदी हां, कोई जादू या टोना या टोंग मुंडे आ। हुण आएगा तेरी लाची नूं मिल गया लौंग मुंडे आ। ये बहुत मतलब सिग्नेचर स्टेप है, नीरू बाजवा जी ने बहुत अच्छा किया है। इस नूं असीं किवें करांगे और कुछ टिप्स दसांगी जिहड़ियां फ्रेंड्स जिहड़ियां मेरियां हैगियां भैणां जंप नहीं कर सकदियां लौंग दे विच, उहनां लई भी कुछ अलग दसांगी जिहड़ा ईजीली हो सके। तेरी लाची नूं लग गया लौंग मुंडिया, इस विच की है अपने फेस दे नाल हैंड्स रखने हैं और फुटवर्क साडा किवें चलेगा, वन टू थ्री, वन टू थ्री, इस तरह थोड़ा कमर का भी है इस विच, वन टू इस तरह करके चलेगी, हाथ तुहाडे इस तरह हो। तेरी लाची नूं लग गया लौंग मुंडिया, इस विच अगर एक लेग च बैलेंस बनाना है, बट कई तो फिर फ्रेंड्स है जिन्हों तो नहीं बनेगा, इट्स ओके, बट उन्होंने भी मैं कुछ दसांगी, बट इस विच बनाना है बैलेंस। दैन वन टू, वन टू, ये पबा ते भार होएगी इस तरह, ये जड़ा साडा चल रहा पैर ये इस तरह, ये थोड़ी बॉडी नू लिफ्ट तभी करेगा ये, जां फिर थोड़ा जड़ा है पैर पंजिया दे होएगा, इस तरह नहीं होएगा। पंजिया दे तुसी अपने पैर नूं रखना है और लौंग दे विच ये स्टेप करना है। इस विच इस तरह हथ करांगे, उस तो बाद जिदा असी हथ मसल दे ना इस तरह, ते एवें फेस दे नाल जाएंगे और असी एक अपनी लैग ते बैलेंस बनावांगे किवें। तेरी लाची नूं लब गया लौंग मुंडे आ, इस तरह, ठीक है जी। तो कोशिश है कि तुहानूं समझ आ गया होएगा मेरी तरफ तो, मैं तो जो तुहानूं दसना चाहनी है ना, तो तुसी इहनूं आराम नाल करो, थोड़ा जिहा मतलब कॉन्सनट्रेट होके करो। सिंपल जिहा स्टैप है हत्थां नूं, तेरी लाची नूं लब गया लौंग मुंडे आ, ठीक है। हाँ, जिहड़ियां सिस्टर्स मेरियां नहीं चल सकदियां उन्हां लई क्या सी, तेरी लाची नूं लब गया लौंग मुंडे आ, इस विच की है सिर्फ पैर नूं करना सी क्रॉस इस तरह, इस विच जंपिंग नहीं है, ते असी लौंग नूं एवें कर सकते हैं, वन टू थ्री फोर, ते साडा स्टेप भी हो जाएगा और असी जंपिंग तो भी बच सकते हैं, क्योंकि जिन्हां कोल बॉडी प्रॉब्लम है या जंप नहीं कर सकते, कईआं नूं डिस्क दी प्रॉब्लम हुंदी है, तो इट्स ओके, कोई गल नहीं, इंजॉय करके करो, फिर एक्सप्रेशंस करना ताकि तुहानूं करके मजा आए, देखने वाले भी मजा आए। टपके लाड़ शहर दी गलियां तोड़न चली थी मैं कईयां, टपके लाड़ शहर दी गलियां तोड़न चली थी मैं कईयां, ओ नटकिया ते मैं खो गई खोजा खोजा सब से हो गई, है कोई बाद जिहड़ी साडी बीट आंदी है उसनूं असीं किवें कवर करांगे। सिंपल, पैरां दी चलेगी डिपिंग और हत्थां नूं किवें करना है, वन टू थ्री फोर, क्रॉस क्रॉस, वन टू, पैरां दी चलेगी डिपिंग, फुटवर्क साडा सेम रहेगा बट बॉडी नूं असीं सैमी सर्कल वांग घुमाना है, किवें, वन टू थ्री फोर, वन टू थ्री फोर, वन टू थ्री फोर, क्रॉस क्रॉस, देन
ਪਿੱਛੇ ਨੂੰ ਜਾਣਗੇ ਸਾਡੇ, ਠੀਕ ਹੈ ਜੀ। ਔਰ ਸਾਡੀ ਬੋਡੀ ਹੈ ਇਸ ਤਰ੍ਹਾਂ ਕਿ ਸਿੱਧੇ ਨਹੀਂ ਕਰਦੇ ਰਹਿਣਾ, ਮੂਵ ਕਰਨਾ, ਠੀਕ ਹੈ। ਤੇ ਜਦ ਮੂਵ ਕਰੋਗੇ ਤਾਂ ਉਹ ਹੋਰ ਵੀ ਸੋਹਣਾ ਲੱਗੇਗਾ। ਕਿਸ ਤਰ੍ਹਾਂ, 1 2 3 4 1 2 3 4 ਸਮਾਈਲ ਦੇ ਨਾਲ, ਓਕੇ। ਤੇ ਇਸਨੂੰ ਇਸ ਤਰ੍ਹਾਂ ਕਰਨਾ ਹੈ ਅਸੀਂ, ਜਦ ਮੈਂ ਵਾਲ ਪਾਉਂਦੀ ਹਾਂ ਇਸਨੂੰ ਅਸੀਂ ਕਿਵੇਂ ਕਵਰ ਕਰਾਂਗੇ। ਸਾਡਾ ਜਿਹੜਾ ਫੁੱਟਵਰਕ ਹੋਏਗਾ ਉਹ ਇਸ ਤਰ੍ਹਾਂ ਹੋਏਗਾ, ਇੱਕ ਪੈਰ ਸਾਡਾ ਲੈਫਟ ਟੋ ਤੇ ਹੋਏਗਾ, ਦੂਸਰਾ ਰਾਈਟ ਜ਼ਮੀਨ ਦੇ ਨਾਲ ਹੋਏਗਾ। ਇਸ ਤਰ੍ਹਾਂ ਕਰਕੇ ਸ਼ੀਸ਼ੇ ਵਿੱਚ ਤੂੰ ਹੀ ਦਿਸਦਾ ਟੱਕ, ਸ਼ੀਸ਼ੇ ਵਿੱਚ ਤੂੰ ਹੀ, ਇਸ ਤਰ੍ਹਾਂ ਆਵਾਜ਼ ਆਉਂਦੀ ਹੈ ਤੁਸੀਂ ਸਾਇਲੈਂਟ ਜੀ, ਉਸ ਵਿੱਚ ਅਸੀਂ ਤੁਸੀਂ ਆਰਮਸ ਨੂੰ ਟੈਪ ਕਰਨਾ ਹੈ ਇਸ ਤਰ੍ਹਾਂ। ਜਦ ਮੈਂ ਵਾਲ ਪਾਉਂਦੀ ਹਾਂ, ਡਿਪਿੰਗ ਚੱਲ ਰਹੀ ਹੈ ਔਰ ਥੋੜਾ ਜਿਹਾ ਮੂਵ ਕਰਨਾ ਅੱਗੇ ਦੀ ਤਰਫ, ਤੁਸੀਂ ਸਰਫੇਸ ਲੈ ਸਕਦੇ ਹੋ ਜਦ ਵੀ ਸਟੈਪਸ ਤੁਸੀਂ ਕਰਦੇ ਹੋ, ਅਗਰ ਤੁਹਾਡੇ ਕੋਲ ਸਪੇਸ ਹੈ, ਮੇਰੇ ਕੋਲ ਜਿੰਨੀ ਸਪੇਸ ਹੈ ਮੈਂ ਉਸ ਵਿੱਚ ਹੀ ਕਰ ਰਹੀ ਹਾਂ, ਅਤੇ ਤੁਸੀਂ ਆਪਣੀ ਸਪੇਸ ਦਾ ਧਿਆਨ ਰੱਖਣਾ। ਜਦ ਮੈਂ ਵਾਲ ਵਾਹੁੰਦੀ ਹਾਂ, ਵਾਟ ਹੈਂਡਸ ਕਰਕੇ ਵਾਲ ਦਾ ਇਸ ਤਰ੍ਹਾਂ ਆਏਗੀ, ਵਾਲ ਇੱਦਾਂ ਗਿਰਦੇ ਆ, ਇਸ ਵਾਲ ਵਾਹੁੰਦੀ ਹਾਂ। ਤੇਰੇ ਬਿਨ ਜਾਨ ਨਿਕਲਦੀ, ਸੌ ਦੀ ਇੱਕ ਸੁਣਾਉਂਦੀ ਹਾਂ, ਕਿਵੇਂ ਆਏਗਾ। ਇਸ ਵਿੱਚ ਅਸੀਂ ਹੱਥਾਂ ਨੂੰ ਕਰਾਂਗੇ ਕ੍ਰੋਸ, ਗਰਦਨ ਦੇ ਜਾਨ ਨਿਕਲਦੀ, ਇਸ ਤਰ੍ਹਾਂ ਅਸੀਂ ਕਰਾਂਗੇ ਆਪਣੇ ਨੈਕ ਦੇ ਕੋਲ ਜਾਨ। ਤੇਰੇ ਬਿਨ ਜਾਨ ਨਿਕਲਦੀ, ਸੌ ਦੀ ਇੱਕ ਸੁਣਾਉਂਦੀ ਹਾਂ, ਠੀਕ ਹੈ ਜੀ। ਇਸ ਵਿੱਚ ਕੀ ਹੈ, ਇਸ ਵਿੱਚ ਆਪਣੇ ਜਿਹੜੇ ਪੈਰ ਹੈ ਇਹਨਾਂ ਨੂੰ ਕਲੋਜ਼ ਹੀ ਰੱਖਣਾ ਹੈ, ਜ਼ਿਆਦਾ ਕੁਛ ਨਹੀਂ ਕਰਨਾ। ਸੌ ਦੀ ਐਵੇਂ ਲੈ ਕੇ ਆਵਾਂਗੇ ਅਸੀਂ ਆਪਣੇ, ਸੌ ਦੀ ਇੱਕ ਸੁਣਾਉਂਦੀ ਹਾਂ, ਸਿਰਫ ਬਾਡੀ ਕਿਵੇਂ ਮੂਵ ਹੋਏਗੀ ਇਸ ਤਰ੍ਹਾਂ। ਸੌ ਦੀ ਇੱਕ ਸੁਣਾਉਂਦੀ ਹਾਂ, ਤੇਰੇ ਬਿਨ ਜਾਨ ਨਿਕਲਦੀ, ਸੌ ਦੀ ਇੱਕ ਸੁਣਾਉਂਦੀ ਹਾਂ। ਆਪਣੇ ਹੈਂਡਸ ਨੂੰ ਐਵੇਂ ਰੱਖਣਾ, ਸੌ ਦੀ ਇੱਕ ਸੁਣਾਉਂਦੀ ਹਾਂ, ਠੀਕ ਹੈ। ਇਹ ਲਿਰਿਕਸ ਦੋ ਵਾਰ ਆਉਂਦੀ ਹੈ ਤੇ ਸੇਮ ਸਟੈਪ ਹੈ ਇਸ ਤਰ੍ਹਾਂ। ਹਵਾ ਦੀ ਕੁੜਤੀ ਪਾਵਾਂ, ਇਸ ਵਿੱਚ ਅਸੀਂ ਕੀ ਕਵਾਂਗੇ, ਇਹਦੇ ਵਿੱਚ ਸਾਡੇ ਪੈਰ ਕਿਵੇਂ ਚਾਹੀਦੇ। ਵੀ ਮੈਂ ਹਵਾ ਦੀ ਕੁੜਤੀ ਪਾਵਾਂ, ਕਲੀਆਂ ਦੇ ਬਟਨ ਲਗਾਵਾਂ, ਇਸ ਤਰ੍ਹਾਂ ਕਰਾਂਗੇ। ਇਸ ਵਿੱਚ ਅਸੀਂ ਆਪਣੇ ਪੈਰਾਂ ਨੂੰ ਇਸ ਤਰ੍ਹਾਂ ਕਰਾਂਗੇ, ਇਸ ਤਰ੍ਹਾਂ ਹਵਾ ਦੀ ਕੁੜਤੀ ਪਾਵਾਂ। ਟੂ ਟਾਈਮਸ ਅਸੀਂ ਇਸ ਪਾਸੇ ਨੂੰ ਚੱਲਣਾ, ਰਾਈਟ ਔਰ ਲੈਫਟ ਸਾਈਡ ਚੱਲਣਾ, ਔਰ ਹੱਥਾਂ ਨੂੰ ਆਪਣੇ ਫਿਗਰ ਦੇ ਕੋਲ ਰੱਖਣਾ। ਵੀ ਮੈਂ ਹਵਾ ਦੀ ਕੁੜਤੀ ਪਾਵਾਂ, ਕਲੀਆਂ ਦੇ ਬਟਨ ਲਗਾਵਾਂ, ਇਸ ਵਿੱਚ ਆਪਣੇ ਪੈਰ ਕਿਵੇਂ ਰੱਖਣੇ ਹੈ। ਜਦ ਮੈਂ ਇਸ ਤਰ੍ਹਾਂ ਕਰ ਰਹੀ ਹਾਂ, ਲੌਕ ਹੈਂਡਸ ਹੈ ਇਸ ਤਰ੍ਹਾਂ, ਇਸ ਬਾਹਰ ਔਰ ਅੰਦਰ, ਠੀਕ ਹੈ। ਜਦ ਅਸੀਂ ਆਪਣੇ ਹੱਥਾਂ ਨੂੰ ਬਾਹਰ ਲੈ ਕੇ ਜਾ ਰਹੇ ਹਾਂ ਇਸ ਤਰ੍ਹਾਂ ਖੋਲ ਰਹੇ ਹਾਂ, ਤਾਂ ਸਾਡੀ ਬਾਡੀ ਵੀ ਨਾਲ ਖੁੱਲੇਗੀ। ਜਦ ਅਸੀਂ ਬੈਕ ਕਰ ਰਹੇ ਹਾਂ, ਅੰਦਰ ਨੂੰ ਕਰ ਰਹੇ ਹਾਂ ਪਿੱਛੇ, ਤਾਂ ਇਸ ਤਰ੍ਹਾਂ ਜੀ ਇਹ ਚੀਜ਼ ਐਵੇਂ ਹੋਏਗੀ। ਇਸ ਦੇ ਨਾਲ ਐਵੇਂ ਤੁਸੀਂ ਆਪਣੇ ਹੱਥਾਂ ਨੂੰ ਚਲਾਉਣਾ ਹੈ, ਕਿਵੇਂ, 1 2 ਕਲੀਆਂ ਦੇ ਬਟਨ ਲਗਾਵਾਂ, ਕਿੱਥੋਂ ਚੜਿਆ ਅਵੱਲਾ ਸ਼ੌਂਕ ਮੁੰਡਿਆ, ਇਸ ਵਿੱਚ ਕਿੱਥੋਂ ਚੜਿਆ ਅਵੱਲਾ ਸ਼ੌਂਕ ਮੁੰਡਿਆ। ਸੇਮ ਅੱਗੇ ਆਏਗੀ ਲੌਂਗ ਲਾਚੀ ਵਾਲੀ ਵਰਡਿੰਗ, ਤਾਂ ਉਸ ਤੋਂ ਪਹਿਲੇ ਜਿਹੜਾ ਹੈ ਕਿੱਥੋਂ ਚੜਿਆ ਅਵੱਲਾ ਸ਼ੌਂਕ, ਇਸ ਵਿੱਚ ਕੀ ਕਰਨਾ, ਕਿੱਥੋਂ ਹੱਥ ਪਿੱਛੇ ਨੂੰ ਲਿਜਾ ਕੇ 1 2 ਹੱਥ ਇਸ ਤਰ੍ਹਾਂ, ਫਿਰ ਸ਼ੌਂਕ ਮੁੰਡੇ ਆ, ਤਿੰਨ ਵਾਰੀ ਸਾਡੇ ਹੱਥ ਜਿਹੜੇ ਹੈ ਉਹ ਖੁੱਲਣਗੇ, ਔਰ ਜਿਹੜੀ ਸਾਡੀ ਲੈਫਟ ਲੈਗ ਹੈਗੀ ਹੈ ਉਹ ਇਸ ਤਰ੍ਹਾਂ ਕਰੇਗੀ, ਔਰ ਜਿਹੜਾ ਰਾਈਟ ਲੈਗ ਹੈ ਉਹ ਬਿਲਕੁਲ ਜ਼ਮੀਨ ਦੇ ਨਾਲ ਹੈ। ਕਿੱਥੋਂ ਚੜੇ ਆ ਅਵੱਲਾ ਸ਼ੌਂਕ ਮੁੰਡੇ ਆ, ਤੇਰੀ ਲਾਚੀ ਨੂੰ ਲੱਗ ਗਿਆ ਲੌਂਗ ਮੁੰਡਿਆ। ਇਸ ਵਿੱਚ ਫਿਰ ਅਸੀਂ ਲੌਂਗ ਲਾਚੀ ਵਾਲਾ ਹੀ ਕਰਾਂਗੇ, ਸਿੰਪਲ 1 2 3 4 ਇਸ ਤਰ੍ਹਾਂ ਕਰਕੇ ਲੌਂਗ ਮੁੰਡੇ ਆ, ਠੀਕ ਹੈ। ਫਿਰ ਮੈਂ ਤੁਹਾਨੂੰ ਦੱਸਿਆ ਸੀ ਜਿਹੜੀ ਜੰਪ ਨਹੀਂ ਕਰਨਾ ਚਾਹੁੰਦੇ, ਲੌਂਗ ਮੁੰਡੇ ਆ,
फिर उस तो बाद सिंपल इस तो इलावा असि होर की कर सकते हैं, तेरी लाची नू लब गया लौंग मुंडिया, बिल्कुल ही चेंज है इस विच, तेरी लाची नू लब गया लौंग मुंडिया, इस तरह से कवर कर सकते हैं। तो लौंग लाची जोड़ा है काफ़ी बार बार रिपीट होंगे, तीन बार रिपीट होंगे, तो तीन स्टैप मैं तुम्हें लौंग लाची में दस चुकी हाँ, जोड़ा कॉमन है ये सिग्नेचर स्टैप है इस सॉन्ग का, तो तुम ये करना कोशिश करना कि तुम्हें आ जाए, अगर नहीं है तो तुम्हें ऑप्शन दिती है इस तरह करन दी, तेरी लाची नू लब गया लौंग मुंडे, ठीक है। नॉर्मल एवें भी तुसी कर सकते हो, जड़िया मेरी भैन नू आ भी औखा लगेगा, तो तुसी इस तरह लौंग विच दो चीज़ां दा दस्सिया है, लौंग ते लाची एवें, तो दो चीज़ां दा है, लाची नू एवें दस सकते हो, लौंग नू एवें दस सकते हो, वो तुसी एक्सप्रेस करना है। स्टैप्स कई बार कोई इन्ने मायने नहीं रखते, लेकिन जिहड़ी तुहाडी ओवरऑल बॉडी दे नाल बॉडी लैंग्वेज है उस नाल जो तुसी डांस करते हो वो बहुत मायने रखता है, तुसी अच्छे दिखो, तुहाडी बॉडी लैंग्वेज अच्छी लगे और तुहाडे एक्सप्रेशन अच्छे लगन, तो तुहाडा जिहड़ा डांस है वह बहुत ही सोहना हो जाता है। टपके लार शहर दिया गलियां तोड़न चली सी मैं कलियां, ओ टपके लार शहर दिया गलियां तोड़न चली सी मैं कलियां, ओनू तकिया ते मैं खो गई, खुल जा सम सम हो गई, ऐ को